ਹਾਂਜੀ ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦਾ। ਸਾਰਿਆਂ ਨਾਲੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਦੋ ਤਿੰਨ ਗੈਸਟ ਆਏ ਹੋਏ ਆ ਘਰੇ, ਉਹਨਾਂ ਦੇ ਨਾਲ ਬਣਾਉਣੀ ਆ ਅਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਡੀ ਦਾ ਰਿਵਿਊ ਕਰਨਾ। ਹੁਣ ਤੁਹਾਨੂੰ ਪਤਾ ਆਪਾਂ ਕਿੰਨੀਆਂ ਗੱਡੀਆਂ ਦੇ ਉੱਪਰ ਵੀਡੀਓ ਬਣਾ ਦਿੱਤੀ ਹੈ, ਮਸਟੈਂਗ ਆਪਣੀ ਇਹ ਵਾਲੀ, ਸੋਨਾਟਾ, ਡੋਜ ਵਾਲਿਆਂ ਦੀ, ਹੋਰ ਵੀ ਕਿੰਨੀਆਂ ਸਾਰੀਆਂ, ਅਤੇ ਜੇ ਨਹੀਂ ਵੀ ਬਣਾਈ ਤਾਂ ਆਜੂਗੀ। ਅਤੇ ਹੁਣ ਇੱਕ ਆਹ ਨਵੀਂ ਗੱਡੀ ਆਪਣੇ ਕੋਲ ਇੱਥੇ ਆਈ ਆ, ਅਤੇ ਨਵੀਂ ਗੱਡੀ ਨਹੀਂ ਇਨ ਦਾ ਸੈਂਸ ਕਿ ਇਹ ਇੱਕ ਯਾਰ ਦੋਸਤ ਹੈਗਾ ਆ, ਬਾਈ ਦੇ ਨਾਲ ਇੰਸਟਾ ਦੇ ਉੱਪਰ ਗੱਲ ਹੋਈ ਸੀਗੀ, ਸੋਰੀ ਬਾਈ ਨੇ ਮੇਲ ਕੀਤੀ ਸੀਗੀ ਮੈਨੂੰ ਸ਼ਾਇਦ ਵੀ ਹਾਂਜੀ ਆਪਾਂ ਵੀਡੀਓ ਬਣਾਉਂਦੇ ਹਾਂ ਗੱਡੀ ਦੇ ਉੱਤੇ, ਐਂਡ ਫਿਰ ਉਸ ਤੋਂ ਬਾਅਦ ਬਾਈ ਇੰਡੀਆ ਸੀਗਾ ਤਾਂ ਕਰਕੇ ਬਣੀ ਨਹੀਂ, ਅਤੇ ਹੁਣ ਅੱਜ ਉਹ ਦਿਨ ਆਈ ਗਿਆ ਆ ਅਤੇ ਹੁਣ ਮੈਂ ਘਰ ਪਹੁੰਚਿਆ ਜਸਟ ਆਪਣਾ ਕੰਮ ਕੁੰਮ ਸਾਰਾ ਕਰਕੇ, ਅਤੇ ਸਾਰੀ ਦਿਹਾੜੀ ਬਾਹਰ ਸੀਗਾ, ਇੱਕ ਦੋ ਮੀਟਿੰਗਾਂ ਸੀਗੀਆਂ ਅਤੇ ਇੱਕ ਦੋ ਕੰਮ ਹੋਰ ਸੀਗੇ ਉਹ ਕਰਕੇ ਜਸਟ ਹੁਣੀ ਪਹੁੰਚਿਆ, ਅਤੇ ਬਾਈ ਹੁਣੀ ਮੇਰੀ ਕਦੀ ਵੇਟ ਕਰਦੇ ਪਏ ਆ ਘਰੇ, ਅਤੇ ਬਸ ਹੁਣ ਤਾਂ ਹੀ ਮੈਂ ਕਿਹਾ ਵੀ ਆਪਣੀ ਗੱਡੀ 'ਚੋਂ ਨਿਕਲਣ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰ ਦਈਏ, ਜਦੋਂ ਬਾਈ ਹੁਣਾਂ ਨੂੰ ਮਿਲਾਂਗੇ ਅਤੇ ਫਿਰ ਉਦੋਂ ਉਹਨਾਂ ਨਾਲ ਗੱਲਾਂ ਕਰਦੇ ਹਾਂ। ਅਤੇ ਮੈਂ ਵੀ ਗੱਡੀ ਅੱਜ ਧੋਤੀ ਹੈ, ਸਾਫ਼ ਸੂਫ ਪੂਰੀ ਕਰਕੇ ਬੈਠਾ ਹਾਂ, ਐਂਡ ਬਾਈ ਹੁਣਾਂ ਨੂੰ ਇੰਨੀ ਵੇਟ ਕਰਾਈ ਹੈ ਅਤੇ ਉਹਨਾਂ ਲਈ ਮੈਂ ਕਿਹਾ ਇੱਕ ਤੋਹਫ਼ਾ ਲੈ ਜਾਈਏ ਖਾਣ ਪੀਣ ਲਈ, ਜਿਹੜਾ ਕਿ ਆਪਾਂ ਇੰਡੀਆ ਦੇ ਵਿੱਚ ਖਾਂਦੇ ਹੁੰਦੇ ਸੀਗੇ, ਬਿਸਕੁਟ। ਜੇ ਕੋਈ ਪੁਰਾਣਾ ਪੁਰਾਣਾ ਆਉਂਦਾ ਸੀਗਾ ਉਦੋਂ ਆਪਾਂ ਇਹੀ ਦਿੰਦੇ ਸੀ ਨਾ, ਪਰ ਜਿਹੜੇ ਮੇਰੇ ਕੋਲ ਹੈਗੇ ਆ ਬਿਸਕੁਟ ਇਹ ਕੈਨੇਡਾ 'ਚ ਮਿਲਦੇ ਆ, ਅਤੇ ਇੰਡੀਆ ਵਾਲੇ ਮੇਰੇ ਫੇਵਰੇਟ ਬਿਸਕੁਟ ਆ, ਤੁਹਾਨੂੰ ਮੈਂ ਹੁਣ ਦਿਖਾਉਂਦਾ। ਆਹ ਦੇਖੋ ਜੀ ਜਿਮ ਜੈਮ, ਆਹ ਵੀ ਚੋਕਲੇਟ ਸਵਾਦ ਲੱਗਦੀ ਹੈ ਮੈਨੂੰ, 50-50 ਹਾਈਡੈਂਸੀ। ਆਹ ਮੈਂ ਕਿੰਨਾ ਹੀ ਪੈਕਟ ਚੱਕ ਲਿਆਉਂਦਾ ਹੁੰਦਾ ਆ ਬੋਰਾ ਭਰ ਕੇ, ਅਤੇ ਹੁਣ ਜਿਹੜੀ ਗੱਡੀ ਦੇ ਉੱਪਰ ਵੀਡੀਓ ਬਣਾਉਣੀ ਆ ਉਹ ਦੇਖੋ, ਅਤੇ ਆਪਾਂ ਬਿਸਕੁਟ ਲਿਆ ਕੇ ਅੰਦਰ ਬਾਈ ਹੁਣਾਂ ਨਾਲ ਗੱਲ ਕਰੀਏ, ਅਤੇ ਬਾਈ ਨੂੰ ਮੈਂ ਟਾਈਮ ਤਾਂ ਦਿੱਤਾ ਸੀ 3 ਵਜੇ ਦਾ, ਤੁਹਾਨੂੰ ਪਤਾ ਆਲਵੇਜ਼ ਜੇ ਮੈਂ ਕਿਸੇ ਨਾਲ ਹੁੰਦਾ ਹਾਂ ਅਤੇ ਆਲਵੇਜ਼ ਲੇਟ ਲੇਟ ਲੇਟ। ਹਾਂਜੀ ਫਿਰ ਕੀ ਹਾਲ ਆ ਮਿੱਤਰੋ, ਆਪਣੇ ਨਾਲ ਅੱਜ ਆਹ ਸਾਰੇ ਜਣੇ ਬਾਈ ਆਏ ਹੋਏ ਆ, ਅਤੇ ਪਹਿਲਾਂ ਇੱਕ ਇਕੱਲਾ ਇਕੱਲਾ ਕਰਕੇ ਇੰਟਰੋਡਕਸ਼ਨ ਦੇ ਦੇਵੇ ਥੋੜ੍ਹੀ ਥੋੜ੍ਹੀ। ਆਹ ਬਾਈ ਤੋਂ ਸ਼ੁਰੂ ਕਰਦੇ ਹਾਂ ਇੰਟਰੋਡਕਸ਼ਨ। ਨਾਮ ਨਵਦੀਪ ਸਿੰਘ, ਨਾਮ ਨਵਦੀਪ ਸਿੰਘ, ਪਿੰਡ ਸਭਰਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਅਤੇ ਬਾਕੀ ਸਟੂਡੈਂਟ ਮਹਿਕਮਾ ਕਾਲਜ ਕੈਂਬਰੀਅਨ ਸੀ, ਹੁਣ ਚਲੋ ਫਤਿਹ ਆ ਕੰਮ ਉਧਰੋਂ, ਠੀਕ ਆ। ਬਾਕੀ ਆ ਜਾਓ ਦੂਜੇ ਮੁੰਡੇ। ਆਹ ਬਾਈ ਦੀ ਗੱਡੀ ਆ, ਅਰਵਿੰਦਪਾਲ ਸਿੰਘ ਰੰਧਾਵਾ, ਰੰਧਾਵਾ ਤੇ 3.5 ਸਾਲ ਹੋ ਗਏ ਕੈਨੇਡਾ ਨੂੰ, ਸਟੱਡੀ ਕੀਤੀ ਵੀ ਆ ਨਹੀਂ ਵੀ ਕੀਤੀ, ਚਲੋ ਉਹ ਟੌਪਿਕ ਵੱਖਰਾ, ਟੌਪਿਕ ਵੱਖਰਾ, ਉਹ ਮਹਿਕਮਾ ਸਟੂਡੈਂਟ ਹੀ ਆ, ਆਲਮੋਸਟ ਰੈਡੀ ਆ ਪੀਆਰ ਲਈ, ਪੀਆਰ ਲਈ ਰੈਡੀ ਆ ਆਲਮੋਸਟ ਕਹਿ ਸਕਦੇ ਆ। ਤੇ ਕਾਲਜ ਬਾਈ ਦਾ ਕੰਮ ਕਰ, ਕਾਲਜ ਬਾਈ ਮੇਰਾ ਸੀ ਬੈਰੀ ਜਾਰਜੀਅਨ, ਚੇਂਜ ਕਰ ਲਿਆ ਸੀ, ਸੇਂਟ ਲਾਰੈਂਸ ਕਾਲਜ ਆ ਗਏ ਸੀ ਸਕਾਰਬਰੋ, ਠੀਕ ਹੈ, ਅਤੇ ਉੱਥੇ ਲਾਏ ਆ, ਅਤੇ ਹੁਣ ਚੱਲੀ ਜਾਂਦਾ ਵਾਪਸ ਆ ਇੰਡੀਆ ਤੋਂ ਕੰਮ ਲੱਭਣ ਦੇ, ਠੀਕ ਹੈ। ਆਹ ਦੋ ਬਾਈ ਵੀ ਨਾਲ ਆਏ ਨੇ, ਮੇਰਾ ਵੀਰ ਨਾਂ ਸਾਹਿਲ ਆ, ਸਾਹਿਲ ਸੰਧੂ, ਇੱਕੋ ਸਕੂਲੇ ਪੜ੍ਹੇ ਹਨ ਸਾਰੇ। ਅੱਛਾ ਸਾਰੇ ਜਣੇ ਇੰਡੀਆ ਤੋਂ? ਤਿੰਨ, ਮੈਂ ਵੱਖਰਾ ਪੜ੍ਹਿਆ, ਤਿੰਨ ਵੱਖਰਾ ਪੜ੍ਹਿਆ, ਫਿਰ ਅਸੀਂ ਮੀਨਸ ਕੰਬਾਈਨ ਹੋਏ ਸਾਰੇ ਅੰਮ੍ਰਿਤਸਰ, ਠੀਕ ਤਾਂ ਕਰਕੇ ਅਸੀਂ ਅੰਮ੍ਰਿਤਸਰ ਹੀ ਦੇਖਿਆ, ਖਾਲਸਾ ਕਾਲਜ ਵਾਲੇ ਮੁੰਡੇ ਨੇ, ਠੀਕ ਹੈ ਠੀਕ ਹੈ। ਇਹ ਤੁਸੀਂ ਜਾਣੀ ਲਏ ਹੋਵੋਗੇ ਤਰੁਣ, ਚਲੋ ਹੁਣ ਗੱਡੀ ਦਿਖਾਉਂਦੇ ਹਾਂ। ਬਾਈ ਹੁਣੀ ਗੱਡੀ ਲੈ ਕੇ ਆਏ ਆ, ਅਤੇ ਕਮੈਰੋ ਸਟਿੱਕਰ ਸਟੁੱਕਰ ਹਲੇ ਨਵੇਂ ਤਾਜ਼ੇ ਲਵਾਏ ਨੇ, ਅਤੇ ਅੱਛਾ ਹਾਂ ਸੱਚਾ ਬਾਈ, ਬਾਈ ਹੁਣੀ ਕੰਮ ਕਰਦਾ ਹੈ ਪੰਜਾਬ ਪੁਲਿਸ ਦਾ, ਅਤੇ ਮੈਂ ਪਿਛਲੇ ਕੈਮਰਾ ਕਰਕੇ ਦਿਖਾਉਂਦਾ। ਬਾਈ ਦੱਸੋ ਯਾਰ ਕੰਮ ਦੇ ਬਾਰੇ ਦੱਸੋ, ਬਾਈ ਬਾਈ ਗੱਡੀ ਬਾਰੇ, ਕੰਮ ਦੇ ਬਾਰੇ ਵੀ, ਕੰਮ ਇਹ ਵਾਲਾ ਸਟਿੱਕਰ ਹੈ, ਰੈਪਿੰਗ ਦਾ ਕੰਮ ਆ ਮੇਰਾ, ਮੇਰੇ ਕੋ ਕਸਟਮਰ ਆਉਂਦੇ ਆ ਬਟ ਮੇਰੇ ਕੋ ਜ਼ਿਆਦਾ ਗੋਰੇ ਗਾਰੇ ਆਉਂਦੇ ਬਿਕੋਜ਼ ਸਕਾਰਬਰੋ ਏਰੀਆ 'ਚ ਰਹਿੰਦਾ ਮੈਂ, ਅਤੇ ਸੀ ਕੇ ਰੈਪ ਕਰਕੇ ਇੱਕ ਸ਼ੋਪ ਸੀ ਕਿਸੇ ਦੀ, ਉਹ ਮੁੰਡਾ ਹੁਣ ਮੁੰਡਾ ਨਹੀਂ ਮਤਲਬ ਏਜਡ ਬੰਦਾ ਵਾ, ਉਹ ਮੂਵ ਹੋ ਗਿਆ ਓਟਾਵਾ 'ਚ, ਉਹਦੇ ਨਾਲ ਕੰਮ ਕੀਤਾ ਮੈਂ ਸਟਾਰਟਿੰਗ 'ਚ, ਅਤੇ ਰੈਪਿੰਗ ਦਾ ਕੰਮ ਹੁੰਦਾ ਗੱਡੀਆਂ ਰੈਪ ਕਰਨੀਆਂ ਹੁੰਦੀਆਂ, ਪਾਰਟਸ ਸੈੱਲ ਕਰਦਾ ਮੈਂ, ਬੰਪਰਸ ਹੋ ਗਏ, ਵੀਲਸ ਹੋ ਗਏ, ਮੋਡੀਫਿਕੇਸ਼ਨਸ ਕਰਾਉਣੀਆਂ। ਕਿਹੜੀ ਕਿਹੜੀ ਗੱਡੀ ਦਾ? ਕੋਈ ਵੀ ਗੱਡੀ, ਐਨੀਥਿੰਗ। ਮੈਂ ਫਰਾਰੀ ਵੀ ਰੈਪ ਕੀਤੀ ਹੋਈ ਆ, ਜੀ ਟੀ ਆਰ ਰੈਪ ਕੀਤੀ ਹੋਈ ਆ, ਦੈਨ ਛੋਟਾ ਮੋਟਾ ਕੰਮ ਤਾਂ ਕਰੀਦਾ ਹੀ ਆ, ਰੂਫ ਹੋ ਗਈ ਰੈਪ ਕਰ ਲਈ ਕਿਸੇ ਚੀਜ਼ ਦੀ, ਹੁੱਡ ਰੈਪ ਕਰਾ ਲਈ, ਉਹ ਤਾਂ ਆਪਣੇ ਬੰਦੇ ਹੁੰਦੇ ਰਹਿੰਦੇ ਆ, ਵੀਲਸ ਬਲੈਕ ਕਰ ਲਓ, ਕਲਰ ਕਰ ਲਓ, ਕੋਈ ਵੀ
ਦੈਨ ਮੋਡੀਫਿਕੇਸ਼ਨ ਵਾਲੇ ਪਾਰਟ ਵੀ ਆਪਣੇ ਕੋਲ ਹੈਗੇ ਆ ਕਾਫੀ ਤੁਹਾਡਾ ਕੋਈ ਕਾਰਡ ਕੂਡ ਜਿਹੜਾ ਇੱਥੇ ਪਾ ਦਈਏ ਕਾਰਡ ਨਹੀਂ ਹੈਗੀ ਇੰਸਟਾਗ੍ਰਾਮ ਆਈਡੀ ਦੇ ਇੰਸਟਾਗ੍ਰਾਮ ਆਈਡੀ ਮੈਂ ਦਿੰਦਾ ਚਲੋ ਜੀ ਕੀ ਇਹਦੇ ਵਿੱਚ ਕਿਰਾਇਆ ਰਿਹਾ ਭਾਈ ਦੱਸੋ ਪਹਿਲਾਂ ਜੀ ਭਾਈ ਪੂਰੀ ਗੱਡੀ ਵਾਈਟ ਆ ਅੱਛਾ ਪੂਰੀ ਵਾਈਟ ਆ ਪੂਰੀ ਵਾਈਟ ਗੱਡੀ ਆ ਕ੍ਰੋਮ ਵੀਲਸ ਆ ਵੀਲਸ ਬਲੈਕ ਕੀਤੇ ਆ ਤੇ ਤੁਹਾਨੂੰ ਮੈਂ ਦੂਸਰੀ ਗੱਡੀ ਦੀ ਫੋਟੋ ਵੀ ਦੇ ਦੂੰਗਾ ਵਾਈਟ ਤੁਸੀਂ ਕੰਪੇਅਰ ਕਰਕੇ ਦੇਖ ਲਿਓ ਰੈਪ ਕੀਤੀ ਸੀ ਫੁੱਲ ਬਲੈਕ ਪਹਿਲਾਂ ਮੈਂ ਰੈਡ ਸਟ੍ਰਾਈਪ ਸੀ ਤੇ ਉਦਾਂ ਦੀ ਕਿਸੇ ਹੋਰ ਨੇ ਵੀ ਮਤਲਬ ਕਰ ਲਈ ਇੱਕ ਦੋ ਜਣੇ ਨੇ ਮੇਰੇ ਤੋਂ ਬਾਅਦ ਫਿਰ ਹੁਣ ਮੈਂ ਸੋਚਿਆ ਕੁਛ ਨਵਾਂ ਕਰਾਂਗੇ ਆਪਾਂ ਤੇ ਆਹ ਦਿਮਾਗ 'ਚ ਸੀ ਕਾਫੀ ਦੇਰ ਤੋਂ ਤੇ ਹੁਣ ਕੀਤਾ ਕੱਲ੍ਹ ਪਰਸੋਂ ਕਰਕੇ ਹਟੇ ਹਾਂ ਜੇ ਸਾਫ਼ ਵਗੈਰਾ ਨਹੀਂ ਕੀਤੀ ਹੈਗੀ ਗੱਡੀ ਅਜੇ ਸਹੀ ਤਰ੍ਹਾਂ ਠੀਕ ਹੈ ਬੋਸ ਦਾ ਆਪਣਾ ਉਹ ਲੱਗਿਆ ਹੋਇਆ ਮਿਊਜ਼ਿਕ ਸਿਸਟਮ ਤੇ ਫੁੱਲੀ ਲੋਡਡ ਚ ਗੱਡੀ ਆ ਬੇਸਿਕਲੀ ਜਸਟ ਸਨਰੂਫ ਨਹੀਂ ਹੈਗੀ ਜਦੋਂ ਸਨਰੂਫ ਆਉਂਦੀ ਆ ਫਿਰ ਆ ਕੱਟ ਨਹੀਂ ਆਉਂਦਾ ਹੈਗਾ ਇਹਦੇ ਚ ਸੋ ਮੇਰੇ ਕੋਲ ਪਹਿਲਾਂ ਵੀ ਕੈਮਰਾ ਸੀ ਉਹਦੀ ਤੁਹਾਨੂੰ ਮੈਂ ਫੋਟੋ ਜਾਂ ਵੀਡੀਓ ਦੇ ਅੱਛਾ ਐਕਸੀਡੈਂਟ ਹੋਇਆ ਸੀ ਉਹ ਐਕਸੀਡੈਂਟ ਦਾ ਸਾਹਮਣਾ ਹੋ ਗਿਆ ਕਿ ਆਪਾਂ ਬਚੇ ਕਿਦਾਂ ਉਹਦੇ ਨੂੰ ਬਹੁਤ ਬੁਰਾ ਐਕਸੀਡੈਂਟ ਸੀ ਤੇ ਇਹ ਫਿਰ ਔਨ ਫਾਲਟ ਕਿਹਦਾ ਮੇਰਾ ਕਿਉਂਕਿ ਅੱਗੇ ਹਿਰਨ ਆਇਆ ਸੀ ਅੱਛਾ ਇੰਸ਼ੋਰੈਂਸ ਵਾਲਿਆਂ ਨੇ ਮੇਰੇ ਤੇ ਪਾਇਆ ਤੇ ਫਿਰ ਉਹ ਗੱਡੀ ਦਾ ਕੀ ਕੀਤਾ ਕਿੱਦਾਂ ਗੱਡੀ ਡਨ ਹੋ ਗਈ ਟੁੱਟ ਹੋ ਗਈ ਸੀ ਪੂਰੀ ਇੰਸ਼ੋਰੈਂਸ ਨੇ ਪੇ ਕੀਤਾ ਅੱਛਾ ਇੰਸ਼ੋਰੈਂਸ ਨੇ ਪੇ ਕਰ ਦਿੱਤਾ ਜੀ ਉਹ 1 ਮਹੀਨੇ ਬਾਅਦ ਆ ਲੈਂਦੀ ਸੀ ਮੈਂ ਠੀਕ ਹੈ ਇਹ ਅੰਦਰ ਬਹਿ ਕੇ ਗੱਲਾਂ ਕਰਦੇ ਨੇ ਥੈਂਕ ਯੂ ਪਿੱਛੇ ਦੇ ਬਾਈ ਹੈ ਹੀ ਨਹੀਂ ਜਗ੍ਹਾ ਬਹਿਣ ਦੀ ਅੱਛਾ ਪਰ ਬਹਿ ਜਾਂਦੇ ਮੁੰਡੇ ਤਾਂ ਜੀ ਤੁਸੀਂ ਚਾਰ ਜਣੇ ਲੈ ਆਏ ਤਾਂ ਹੀ ਗੱਡੀ ਹੈਗੀ ਪਿੱਛੇ ਇੱਕ ਹੋਰ ਲੰਟਰਾ ਖੜੀ ਆ ਅੱਛਾ ਖੜੀ ਆ ਠੀਕ ਹੈ ਠੀਕ ਆ ਡਿਸਪਲੇ ਆ ਪੂਰਾ ਐਪਲ ਕਾਰਪਲੇ ਵਗੈਰਾ ਹੈਗਾ ਵਾ ਟੋਟਲੀ ਫੁੱਲੀ ਲੋਡਡ ਗੱਡੀ ਆ ਲਾਈਟਸ ਕਲਰ ਚੇਂਜਿੰਗ ਲਾਈਟਸ ਜਿਹੜੇ ਜਿਹੜੇ ਬਾਹਰੋਂ ਲਾਉਂਦੇ ਨੇ ਕਿ ਕਲਰ ਚੇਂਜ ਵਾਲੀਆਂ ਲਾਈਟਾਂ ਲਾਉਣੀਆਂ ਪਹਿਲਾਂ ਤਾਂ ਫੀਚਰ ਆਉਂਦਾ ਵਾ ਕਲਰ ਚੇਂਜ ਕਰ ਸਕਦੇ ਹੋ ਇੱਥੇ ਵੀ ਲਾਈਟਾਂ ਲੱਗੀਆਂ ਓਕੇ ਦੂਜੀ ਸਾਈਡ ਆ ਗਈਆਂ ਅੱਥੇ ਜਿਹੜੇ ਕੈਮਰੋ ਲਿਖਿਆ ਹੋਇਆ ਓਕੇ ਹਾਂ ਜਿਹੜੀ ਸਾਈਡ ਵੀ ਉਹ ਵੀ ਲਾਈਟ ਅਪ ਹੁੰਦਾ ਵਾ ਇਹਦੇ ਵਿੱਚ ਵੀ ਲਾਈਟ ਅਪ ਹੁੰਦੀਆਂ ਵਾ ਥੋੜੀ ਜਿਹੀ ਸਪੇਸ ਆ ਥੋੜੀ ਜਿਹੀ ਉੱਥੇ ਆ ਬਸ ਇਹੋ ਹੀ ਆ ਛੋਟਾ ਜਿਹਾ ਘਰ ਜਿਹਾ ਆਪਾਂ ਜੀ ਹੁਣ ਚੱਲੇ ਹੈਗੇ ਆ ਧੂਆਂ ਧਾਂ ਕਢਾਣ ਗੱਡੀ ਦਾ
ਆਪਣੇ ਏਰੀਆ ਦੇ ਵੱਧ ਘਟਾਉਣੇ ਹੁੰਦੇ ਆ ਇਹ ਥੋੜਾ ਏਰੀਆ ਆਪਣਾ ਚੱਕ ਆ ਜਾ ਨਾਲੇ ਨਵੀਂ ਕਰਾਈ ਹੈ ਨਾ ਤਾਂ ਹੀ ਚੱਕ ਆ ਜਾ ਪਤਾ ਕੀ ਚੱਕਰ ਹੁੰਦਾ ਇਹ ਹੁਣ ਅੱਗੇ ਵੀ ਸਾਰਾ ਨਹੀਂ ਸਹੀ ਹੈਗਾ ਫਰਸ਼ ਸੋ ਉਹ ਖੱਡਿਆ ਆ ਰਾਈਟ ਜੇ ਆਪਾਂ ਘੁਮਾ ਰਹੇ ਆ ਖੱਡੇ ਵਿੱਚ ਵੱਜੀ ਪੈਰ ਨਿਕਲ ਜਾਣ ਰੋਟੀ ਐਕਸਲ ਤੇ ਜ਼ਿਆਦਾ ਪ੍ਰੈਸ਼ਰ ਆ ਜਾਂਦਾ ਐਂਡ ਇਹ ਇਦਾਂ ਆ ਫੇਰ ਤੋਂ ਇਹ ਨਾ ਅੱਗੇ ਉੱਤੇ ਹੁੰਦੇ ਤੂੰ ਆਲਾ ਮਾਰ ਪਾਈ ਨਾਲੇ ਆ ਵੀ ਬੋਰ ਰਫ ਹੈ ਤੇ ਹੁਣ ਆਪਾਂ ਚੀਕਾ ਚੂਕਾ ਕਢਾ ਕੇ ਹੁਣ ਗੱਡੀ ਦੀਆਂ ਬੈਠੇ ਆ ਜਾਣ ਲੱਗੇ ਵਿਲਸੀ ਦੇ ਦੁਬਾਰਾ ਕਢਾਣੀ ਆ ਤੇ ਹੁਣ ਆਪਾਂ ਬਾਈ ਨੂੰ ਕੋਈ ਕੁਐਸਚਨ ਪੁੱਛਦੇ ਆ ਵੀ ਹੁਣ ਮੈਂ ਵੀ ਜਿਵੇਂ ਗੱਡੀ ਦੇ ਹਨਾ ਕਮੈਰੋ ਸੁਣਿਆ ਤਾਂ ਹੈਗਾ ਕਈਆਂ ਤੋਂ ਵਧੀਆ ਆ ਤੇ ਪਰ ਜ਼ਿਆਦਾਤਰ ਰੋਡਾਂ ਦੇ ਉੱਤੇ ਮਸਟੈਂਗ ਹੀ ਦੀਦੀ ਆ ਪਹਿਲਾਂ ਹੁਣ ਤੁਸੀਂ ਦੱਸੋ ਵੀ ਕੀ ਹਿਸਾਬ ਤਾਂ ਕੀ ਫਰਕ ਕੀ ਆ ਕਮੈਰੋ ਦੀ ਜਿਵੇਂ ਹੁਣ ਤੁਸੀਂ ਲਈ ਆ ਕਿੰਨੀ ਦੇਰ ਦੀ ਲਈ ਆ ਕੀ ਕਿਸ਼ਤ ਆ ਕੀ ਇੰਸ਼ੋਰੈਂਸ ਭਰਦੇ ਹੋ ਆ ਸਾਰੇ ਡਿਟੇਲਸ ਦੱਸੋ ਹੁਣ ਜਿਵੇਂ ਮੈਂ ਪੁਰਾਣੀਆਂ ਵੀਡੀਓ ਆ ਹਰੇਕ ਗੱਡੀ ਦੀ ਜਿਹੜੀ ਵੀਡੀਓ ਬਣਾਈ ਉਹਦੇ ਵਿੱਚ ਸਾਰੀ ਡਿਟੇਲ ਬਾਰੇ ਦੱਸਿਆ ਆ ਵੀ ਜਿਹੜੇ ਮੁੰਡੇ ਨੇ ਕੈਨੇਡਾ ਆ ਕੇ ਨਵੀਂ ਗੱਡੀ ਲੈਣੀ ਹੋਵੇ ਕਮੈਰੋ ਮਸਟੈਂਗ ਜਾਂ ਕੋਈ ਵੀ ਹੋਰ ਤਾਂ ਉਹਨੂੰ ਪਤਾ ਹੋਵੇ ਵੀ ਭਾਈ ਇਹ ਹਿਸਾਬ ਤਾਂ ਹੈਗਾ ਇਹ ਡਰੋਬੈਕਸ ਆ ਇਹ ਫਾਇਦੇ ਨੁਕਸਾਨ ਹੈ ਕਿੱਦਾਂ ਤੁਸੀਂ ਦੱਸੋ ਸਭ ਤੋਂ ਪਹਿਲੀ ਗੱਲ ਤਾਂ ਬਾਈ ਡਰੋਬੈਕ ਨਹੀਂ ਹੈਗਾ ਅੱਛਾ ਜੀ 2 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਦੋ ਸੀਜ਼ਨ ਸਨੋਜ ਚਲਾਈ ਆ ਠੀਕ ਹੈ ਕਿਤੇ ਸਟੱਕ ਨਹੀਂ ਹੋਈ 2 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਮਕੈਨਿਕ ਨਹੀਂ ਲੈ ਗਏ ਇੱਕ ਵਾਰੀ ਵੀ ਓਕੇ ਠੀਕ ਆ 1,40,000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਰਿਪੋਰਟਸ 'ਤੇ ਕੋਈ ਇਹਦਾ ਇਸ਼ੂ ਨਹੀਂ ਆਇਆ ਇੱਥੇ ਇੰਜਨ ਦਾ ਕੁਛ ਫਿਕਸ ਨਹੀਂ ਹੋਇਆ ਸਪਾਰਕ ਪਲੱਗ ਮੈਂ ਚੇਂਜ ਕਰਾਏ ਹੁਣ ਉਹ ਵੀ ਖਰਾਬ ਨਹੀਂ ਸੀ ਹੋਇਆ ਆਪੇ ਕਰਾਏ ਬਿਕੋਜ਼ ਪਾਵਰ ਘੱਟ ਗਈ ਸੀ ਠੀਕ ਹੈ ਅਤੇ ਕਿਸ਼ਤ ਮੇਰੇ ਕੋਲ ਪਹਿਲਾਂ ਨਾ ਕਮੈਰੋ ਸੀ ਉਹਦਾ ਹੋ ਗਿਆ ਐਕਸੀਡੈਂਟ ਅਤੇ ਉਹਦੀ ਕਿਸ਼ਤ ਆਉਂਦੀ ਸੀ ਮੇਰੀ 257 ਅਰਾਊਂਡ ਸਮਵੇਅਰ ਪਰ ਵੀਕ ਬਾਈ ਵੀਕਲੀ ਅੱਛਾ ਇਹਦੀ ਹੁੰਦੀ ਆ $220 ਬਾਈ ਵੀਕਲੀ ਠੀਕ ਹੈ ਦੈਨ ਇੰਸ਼ੋਰੈਂਸ ਆ ਮੇਰੀ 575 ਪਰ ਮੰਥ ਠੀਕ ਹੈ ਅਤੇ ਜਿਹੜੀ ਮਹੀਨਾ ਹੋ ਗਿਆ ਕਿੰਨੇ ਦਾ ਕਿੰਨਾ 1200-1300 ਜੇ ਖਰਚਾ ਲਾ ਕੇ ਚੱਲੀਏ ਜੇ ਸਿਰਫ ਕੰਮ ਤੇ ਜਾਣਾ ਤੁਸੀਂ ਤੇ ਫਿਊਲ ਤੁਸੀਂ ਲਾ ਲਓ 80 ਦੀ ਟੈਂਕੀ ਫੁੱਲ ਹੋ ਜਾਂਦੀ ਆ ਹੁਣ ਅੱਜ ਕੱਲ੍ਹ ਤਾਂ ਚਲੋ ਮਹਿੰਗਾ ਹੋਇਆ ਹੋਇਆ ਅੱਜ ਕੱਲ੍ਹ ਦੀ ਗੱਲ ਨਾ ਕਰੀਏ ਆਪਾਂ ਨੋਰਮਲੀ 80 ਦੀ ਟੈਂਕੀ ਫੁੱਲ ਹੋ ਜਾਂਦੀ ਹੈ ਤੇ 1 ਵੀਕ ਚੱਲਦੀ ਗੱਡੀ ਮੈਂ ਕੰਮ ਤੇ ਜਾਂਦਾ ਵਾਂ ਅਰਾਊਂਡ 10-15 ਕਿਲੋਮੀਟਰ ਡੇਲੀ ਅਪ ਡਾਊਨ ਇਨਕਲੂਡਿੰਗ ਤੇ ਜੇ ਘੁੰਮਣ ਫਿਰਨ ਵੀ ਲਾ ਲਈਏ ਵੀਕਐਂਡ ਵਗੈਰਾ ਵੀ ਲਾ ਲਈਏ ਤਾਂ 100 ਦਾ ਐਕਸਟਰਾ ਤੇਲ ਲੱਗ ਜੂਗਾ ਮਹੀਨੇ 'ਚ ਸੋ 500 ਦਾ ਤੇਲ 500 ਇੰਸ਼ੋਰੈਂਸ 1000 ਹੋ ਗਿਆ 400-500 ਹੀ ਕਿਸ਼ਤਾਂ ਹੋ ਗਈਆਂ 1500-1600 ਦੇ ਲਾਗੇ ਜਾ ਕੇ ਆਪਾਂ ਨੂੰ ਪੈ ਜਾਂਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਅਤੇ ਹੁਣ ਉਹੀ ਜੇ ਮੈਂ ਦੇਖਾਂ ਮੇਰੀ ਇੰਸ਼ੋਰੈਂਸ 480 ਦਿਨਾਂ 500 ਹੀ ਹੋ ਗਈ ਤਕਰੀਬਨ ਅਤੇ ਕਿਸ਼ਤ ਜਿਹੜੀ ਹੈਗੀ ਆ 420 ਅਤੇ ਤੇਲ ਦਾ ਉਹੀ ਹਾਂ ਬਾਈ ਨਹੀਂ ਪੂਰਾ ਮਹੀਨਾ ਮੰਥਲੀ ਮੰਥਲੀ ਆ ਉਹ 420 ਪੈਂਦੀ ਆ ਤੈਨੂੰ 1000 ਪੈ ਜਾਂਦੀ ਹੈ 1200 ਲੱਗ ਤੇ ਕਿਸ਼ਤ ਕੁਸ਼ਤ ਵੀ ਜਿਹੜੀ ਮੇਰੀ ਇੰਨੀ ਜ਼ਿਆਦਾ ਪੈਂਦੀ ਨਹੀਂ ਠੀਕ ਹੈ ਮਤਲਬ ਹੁਣ ਅਗਲੇ ਮਹੀਨੇ ਫਿਰ ਮੇਰੀ ਇੰਸ਼ੋਰੈਂਸ ਘੱਟ ਰਹੀ ਆ 300 ਕੁਛ 350 ਮੇਰੇ ਤਾਂ ਬਾਈ ਵੱਧ ਹੀ ਆ ਐਕਸੀਡੈਂਟ ਹੋਇਆ ਉਦੋਂ ਵਧੀ ਲਾਇਸੈਂਸ ਸਸਪੈਂਡ ਹੋਇਆ ਇੱਕ ਕਰੀ ਪਰ ਜਦ ਐਕਸੀਡੈਂਟ ਦੇ ਵਿੱਚ ਆਪਣਾ ਕੋਈ ਫਾਲਟ ਹੀ ਨਹੀਂ ਸੀਗਾ ਫੇ ਬਾਈ ਤੁਹਾਨੂੰ ਮੈਂ ਇੱਕ ਰੂਲ ਦੱਸਦਾ ਨਵਾਂ ਓਨਟਾਰੀਓ ਦਾ ਰੂਲ ਆ ਜਦੋਂ ਤੁਸੀਂ ਕਿਸੇ ਇਹੋ ਜਿਹੀ ਚੀਜ਼ ਨੂੰ ਹਿੱਟ ਕਰਦੇ ਹੋ ਜਿਹੜੀ ਕੋਈ ਅਗਲਾ ਬੰਦਾ ਨਹੀਂ ਚਲਾ ਰਿਹਾ ਤਾਂ ਤੁਹਾਡਾ ਫਾਲਟ ਆ ਅੱਛਾ ਅੱਗੇ ਤਾਂ ਤੁਹਾਡੇ ਟਰੱਕ ਜਾ ਰਿਹਾ ਕੋਈ ਟਰੱਕ ਦੇ ਉੱਤੇ ਕੋਈ ਚੀਜ਼ ਫਾਲ ਕਰਕੇ ਤੁਹਾਡੇ 'ਤੇ ਆ ਗਈ ਤੁਹਾਡਾ ਫਾਲਟ ਆ ਤੁਸੀਂ ਉਹਨੂੰ ਡੋਜ ਨਹੀਂ ਕਰ ਸਕੇ ਇਹ ਇੰਸ਼ੋਰੈਂਸ ਕੰਪਨੀ ਨੇ ਕਿਹਾ ਮੈਂ ਨਹੀਂ ਕਹਿ ਰਿਹਾ ਇੰਸ਼ੋਰੈਂਸ ਕੰਪਨੀਆਂ ਨੇ ਕਿਹਾ ਐਂਡ ਐਵਰੀ ਇੰਸ਼ੋਰੈਂਸ ਕੰਪਨੀ ਨੇ ਇਹੋ ਕਿਹਾ ਵੀ ਜੇ ਤੁਸੀਂ ਕਿਸੇ ਚੀਜ਼ ਨੂੰ ਹੁਣ ਡੀਅਰ ਨੂੰ ਮੈਂ ਹਿੱਟ ਕੀਤਾ ਰਾਈਟ ਬਟ ਡੀਅਰ ਨਿਕਲ ਗਿਆ ਮੇਰੀ ਗਲਤੀ ਨਹੀਂ ਉਹ 'ਚ ਮੇਰੀ ਗਲਤੀ ਆ ਬਿਕੋਜ਼ ਉਹਨਾਂ ਨੂੰ ਡੀਅਰ ਡੈਡ ਨਹੀਂ ਮਿਲਿਆ ਉੱਥੇ ਹੋਵੇ ਨਹੀਂ ਕਿਉਂਕਿ ਇੱਦਾਂ ਨਾ ਵੀ ਹੁਣ ਕਈ ਕੰਪਨੀਆਂ ਜਿਹੜੇ ਬੰਦੇ ਵੀ ਬਾਹਰਲੇ 2 ਨੰਬਰੀ ਬੈਠੇ ਆ ਉਹ ਵੀ 2-3 ਹਜ਼ਾਰ ਲੈਂਦੇ ਆ ਤੇ ਟੋਟਲ ਲੋਸ ਕਰਾ ਦਿੰਦੇ ਨੇ ਤੇ ਲੋਨ ਮਤਲਬ ਇੱਕ ਸਾਰਾ ਇੱਕ ਤਰ੍ਹਾਂ ਤੇ ਸਿਰ ਤੋਂ ਉੱਤਰ ਹੀ ਜਾਂਦਾ ਹਾਂਜੀ ਲੋਨ ਉੱਤਰ ਜਾਂਦਾ ਹਾਂ ਤੇ ਫਿਰ ਬੰਦਾ ਜਿਹੜਾ ਇੱਦਾਂ ਦੇ ਮਾਹੌਲ ਦੇ ਵਿੱਚ ਪਹਿਲਾਂ ਹੁੰਦਾ ਆ ਕਿਸ਼ਤਾਂ ਦਿੰਦਾ ਰਹਿੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਪਹਿਲਾਂ ਜੇਬ 'ਚ ਪਾਵਾਂ ਤੇ ਕੱਢਣਾ ਵੀ ਕਿੰਨਾ ਔਖਾ
ਫਿਰ ਇੱਕ ਵਾਰ ਜਿਹੜੇ ਬੰਦੇ ਨੇ ਇਦਾਂ ਦਾ ਪੰਗਾ ਲਿਆ ਹੁੰਦਾ ਦੁਬਾਰਾ ਨਹੀਂ ਲੈਂਦਾ। ਪਤਾ ਕੀ ਹੈ ਹੁਣ ਜਨਤਾ ਲੈ ਲੈਂਦੀ ਹੈ ਗੱਡੀ ਦੇਖ ਕੇ ਰਾਈਟ। ਹੁਣ ਮਸਟੈਂਗ ਚੈਲੈਂਜਰ ਚਾਰਜਰ ਕਿਉਂ ਜ਼ਿਆਦਾ ਵਾ, ਮੇਰੇ ਫਰੈਂਡ ਕੋਲ ਗੱਡੀ ਆ ਚੈਲੈਂਜਰ ਮੈਂ ਵੀ ਲਊਂਗੀ, ਮੈਂ ਵੀ ਲਊਂਗਾ ਗੱਡੀ ਏਦਾਂ, ਠੀਕ ਆ। ਤਾਂ ਕਰਕੇ ਗੱਡੀਆਂ ਜ਼ਿਆਦਾ ਦੇਖਦੀਆਂ। ਕਮੈਰੋ ਜਿੰਨੇ ਚਲਾਈ ਉਹਨੇ ਪਤਾ, ਤੁਸੀਂ ਕਿਸੇ ਵੀ ਕਮੈਰੋ ਵਾਲੇ ਨੂੰ ਰੋਕ ਕੇ ਕਹੋਗੇ ਵਾਹ ਕਮੈਰੋ ਰੋਗ ਬੈਸਟ, ਇਹ ਜਿੰਨੇ ਚਲਾਈ ਆ ਉਹਨੂੰ ਹੀ ਪਤਾ ਵਾ, ਠੀਕ ਆ। ਸੈਕਿੰਡ ਥਿੰਗ, ਤੁਸੀਂ V6 ਗੱਡੀ ਤੇ ਕਿਸੇ ਦੀ ਏਦਾਂ ਦੀ ਆਵਾਜ਼ ਨਹੀਂ ਸੁਣੀ ਹੋਈ, ਇਹੋ ਜਿਹੀ ਪਾਵਰ ਨਹੀਂ ਦੇਖੀ ਹੋਣੀ ਤੁਹਾਨੂੰ, ਮੈਂ ਤਾਂ ਹੀ ਪਹਿਲਾਂ। ਇਹਦੇ ਵਿੱਚ ਟਾਰਕ ਵੀ ਹੈਗਾ, ਉਹ ਵੀ ਹੈਗਾ ਜਿਹੜਾ ਰੇਸ ਲਾਣ ਲੱਗੇ ਸਟ੍ਰੇਟ V6 ਇੰਜਨ ਆ, ਸੌਰੀ ਵਿਦਆਊਟ ਟਰਬੋ ਦੇ ਭਾਈ ਪੁੱਛਣਾ, ਲਾਂਚ ਕੰਟਰੋਲ ਬਾਰੇ। ਲਾਂਚ ਕੰਟਰੋਲ, ਹਾਂ ਲਾਂਚ ਕੰਟਰੋਲ ਨਹੀਂ ਹੈਗਾ ਇਹ 'ਚ। ਤੇ ਫਿਰ ਉਹ ਕਿੱਦਾਂ ਕੀਤਾ ਸੀ ਤੁਸੀਂ ਕੀ ਚੀਜ਼, ਜਿਵੇਂ ਪਹਿਲਾਂ ਟਾਇਰ ਘੁੰਮੇ ਸੀ ਸ਼ਾਇਦ ਕਿੱਦਾਂ? ਹਾਂਜੀ ਉਹ ਟ੍ਰੈਕਸ਼ਨ ਕੰਟਰੋਲ ਹੁੰਦਾ ਵਾ। ਅੱਛਾ, ਉਹ ਆਫ ਕੀਤਾ ਸੀਗਾ ਤੁਸੀਂ? ਉਹ ਆਫ ਹੋ ਜਾਂਦਾ ਜਦੋਂ ਟ੍ਰੈਕਸ਼ਨ ਕੰਟਰੋਲ, ਤਾਂ ਫਿਰ ਪੂਰਾ ਟਾਇਰ ਘੁੰਮਣ ਲੱਗ ਜਾਂਦਾ, ਫਿਰ ਰੀਅਰ ਬ੍ਰੇਕਸ ਨਹੀਂ ਲੱਗਦੀਆਂ, ਫਰੰਟ ਬ੍ਰੇਕ ਲੱਗਦੀਆਂ। ਓਕੇ, ਹੁਣ ਸਾਡੀਆਂ ਗੱਡੀਆਂ ਦੇ ਵਿੱਚ ਵੀ ਟ੍ਰੈਕਸ਼ਨ ਕੰਟਰੋਲ ਹੈਗਾ, ਪਰ ਉਹ 4x4 ਨੇ ਨਾ, ਉਹ 4x4 ਉਹ ਇਹ ਰੀਅਰ ਵੀਲ ਹੈ, ਇਹਦੇ ਅਗਲੇ ਜਿਹੜੇ ਦੋ ਟਾਇਰ ਨਾਲ ਲੋਕ ਹੋ ਗਏ। ਟ੍ਰੈਕਸ਼ਨ ਕੰਟਰੋਲ ਨਾਲ ਕੀ ਹੋਇਆ, ਅਗਲੇ ਦੋ ਟਾਇਰ ਲੋਕ ਹੋ ਗਏ ਸੀ ਪਹਿਲਾਂ, ਹਨਾ? ਅਗਲੇ ਲੋਕ ਹੋ ਗਏ, ਪਿਛਲੇ ਘੁੰਮਣੇ ਸ਼ੁਰੂ ਹੋ ਗਏ। ਜੇ ਉਹ ਆਫ ਕਰ ਦਈਏ ਆਪਾਂ, ਹਾਂਜੀ, ਜੇ ਆਨ ਕਰ ਦਈਏ ਤਾਂ ਪਿਛਲੇ ਦੇ ਵੀ ਆਨ ਹੋ ਜਾਂਦੇ ਆ। ਹਾਂਜੀ, ਫਿਰ ਪਿਛਲੇ ਦੇ ਬ੍ਰੇਕਸ ਆਨ ਹੋ ਜਾਂਦੇ ਆ ਬੇਸਿਕਲੀ। ਹੁਣ ਜਿੱਦਾਂ ਆਪਣਾ ਆਨ ਆ, ਮੈਂ ਬ੍ਰੇਕ ਤੇ ਪੈਰ ਰੱਖ ਕੇ ਰੇਸ ਦੇਈ ਜਾਊਂਗਾ, ਇਹਨੇ ਅੱਗੇ ਨਹੀਂ ਤੁਰਨਾ ਹੈਗਾ, ਟਾਇਰ ਨਹੀਂ ਘੁੰਮਣੇ ਹੈਗੇ, ਮਤਲਬ ਇਹ ਜਦੋਂ ਮੈਂ ਟ੍ਰੈਕਸ਼ਨ ਕੰਟਰੋਲ ਬੰਦ ਕਰਦਾ ਟਾਇਰ ਘੁੰਮਣੇ ਸ਼ੁਰੂ ਹੋਣੇ, ਪਿਛਲੀਆਂ ਬ੍ਰੇਕਾਂ ਰਿਲੀਜ਼ ਹੋ ਜਾਣੀਆਂ, ਅਗਲੀਆਂ ਲੌਕ ਰਹਿਣੀਆਂ। ਤੇ ਮਤਲਬ ਉਹੀ ਤੁਸੀਂ ਕੀਤਾ ਪਹਿਲਾਂ ਆਨ ਆਫ ਕੀਤਾ ਸੀਗਾ, ਫਿਰ ਦੁਬਾਰਾ ਆਨ ਕਰਤਾ, ਫਿਰ ਕਦੇ ਨਹੀਂ ਚੱਲਦੀ ਐਸ ਕੰਪੇਅਰ ਟੂ ਮਸਟੈਂਗ। ਪਰ ਮਸਟੈਂਗ ਦੇ ਵੀ ਹੋਊਗਾ ਇਹ? ਹੁੰਦਾ ਸਾਰੀ ਗੱਡੀ 'ਚ ਹੁੰਦਾ ਟ੍ਰੈਕਸ਼ਨ ਕੰਟਰੋਲ, ਤਾਂ ਇਹ ਕੋਈ ਮਤਲਬ ਅਲੱਗ ਫੀਚਰ ਨਹੀਂ ਹੈ। ਆਹੋ ਸਾਰੀਆਂ ਹਨ ਤਾਂ ਨਾਰਮਲ ਹੁੰਦਾ ਇਹ, ਤਾਂ ਲਾਈਕ ਜੇ ਤੁਸੀਂ ਗੱਡੀ ਆਨ ਰੋਡ ਲੈ ਕੇ ਆਉਣੀ, ਕੋਈ ਗੱਡੀ ਪਾਸ ਕਰਨੀ, ਤਾਂ ਟ੍ਰੈਕਸ਼ਨ ਕੰਟਰੋਲ ਹੋਣਾ ਚਾਹੀਦਾ। ਤੇ ਬਾਈ ਹੁਣੇ ਮੈਨੂੰ ਮਿਲੇ ਸੀਗੇ, ਜਿਵੇਂ ਤੁਸੀਂ ਮੈਨੂੰ ਕਿਹੜੀ ਵੀਡੀਓ ਦੇਖ ਕੇ ਮੈਸੇਜ ਕਰਿਆ ਸੀਗਾ? ਮੈਂ ਦੇਖੀਆਂ ਸੀ ਹੋਰ ਵੀਡੀਓਜ਼, ਮੈਂ ਕਿਹਾ ਚਲੋ ਬਾਈ ਨੂੰ ਮੈਸੇਜ ਕਰਦੇ ਆ, ਨਾਲੇ ਮੈਂ ਗੱਡੀ ਦਾ ਚੇਂਜ ਕਰਨਾ ਸੀ ਕੁਝ। ਠੀਕ ਆ, ਤਾਂ ਕਰਕੇ ਬਾਈ ਦਾ ਜਿਹੜਾ ਹੈਗਾ ਰੈਪਿੰਗ ਦਾ ਕੰਮ ਹੈ, ਜਿਹੜਾ ਵੀ ਬ੍ਰੈਂਪਟਨ ਆਇਆ, ਟੋਰਾਂਟੋ ਆਇਆ, ਕਿਸੇ ਨੇ ਗੱਡੀ ਨੂੰ ਰੈਪ ਕਰਾਉਣਾ, ਕਿਉਂਕਿ ਮੈਂ ਪਿਛਲੀ ਵਾਰ ਹੁੱਡਾ ਨਾ ਹੁੱਡਾ ਵਗੈਰਾ ਜਿਹੜੀ ਸੀਗੀ ਉਹ ਪੇਂਟ ਪੂੰਟ ਕਰਾਈਆਂ ਸੀਗੀਆਂ, ਤੇ ਇੱਕ ਵਾਰ ਰੈਪ ਕਰਵਾਇਆ ਸੀਗਾ ਚੈਲੇਂਜਰ ਦਾ, ਤੇ ਉਦੋਂ ਮੈਨੂੰ ਪਤਾ ਨਹੀਂ ਸੀਗਾ, ਹੁਣ ਕੋਈ ਨਹੀਂ ਯਾਦ ਰੱਖੂ ਮੈਂ ਵੀ। ਤੇ ਬਾਈ ਨੂੰ ਕੰਟੈਕਟ ਕਰੋ, ਇੰਸਟਾਗ੍ਰਾਮ ਆਈ ਡੀ ਤੁਹਾਨੂੰ ਮੈਂ ਮੂਹਰੇ ਦਿੰਦਾ ਡਿਸਕ੍ਰਿਪਸ਼ਨ ਦੇ ਵਿੱਚ, ਤੇ ਇੱਥੇ। ਤੇ ਹੋਰ ਦੱਸੋ ਕੋਈ ਇਹਦੇ ਖਾਸ ਫੀਚਰ ਜਿਹੜੇ ਹੁਣ ਮਸਟੈਂਗ ਦੇ ਵਿੱਚ, ਤੇ ਇਹਦੇ ਵਿੱਚ ਕੀ ਕੰਪੈਰੀਜ਼ਨ ਕੀ ਹੈ? ਸਭ ਤੋਂ ਪਹਿਲਾਂ ਸ਼ੇਪ, ਮਸਟੈਂਗ ਨਾਲੋਂ ਜ਼ਿਆਦਾ ਅਗਰੈਸਿਵ ਹੈ ਗੱਡੀ, ਸਭ ਤੋਂ ਵਧੀਆ ਲੱਗਦੀ ਹੈ ਇਹਦੀ ਸ਼ੇਪ, ਸ਼ੇਪ ਸਭ ਤੋਂ ਵਧੀਆ, ਸਭ ਤੋਂ ਅਟਰੈਕਟਿਵ, ਮਸਲ ਘਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਹਾਂ। ਓਬਵੀਅਸਲੀ ਗੱਲ ਆ, ਮਸਟੈਂਗ ਐਂਡ ਕਮੈਰੋ ਜਿਹੜੀ ਹੁਣ ਬੇਸਿਕਲੀ ਸਪੋਰਟਸ ਕਾਰ ਚ ਆ ਗਈਆਂ, ਮਸਟੈਂਗ ਤਾਂ ਹੁਣ ਵੈਸੇ ਵੀ ਇਲੈਕਟ੍ਰਿਕ ਆ ਗਈ ਆ, ਕਮੈਰੋ ਦਾ ਲਾਸਟ ਪ੍ਰੋਡਕਸ਼ਨ ਹੀ ਆ ਰਿਹਾ, ਮੇ ਬੀ ਨੈਕਸਟ ਈਅਰ ਪ੍ਰੋਡਿਊਸ ਕਰਨਗੇ, ਦੈਟਸ ਇਟ, ਡਨ ਆ ਕਮੈਰੋ, ਪ੍ਰੋਡਿਊਸ ਨਹੀਂ ਕਰਨਾ ਸ਼ੈਵੀ ਵਾਲੇ ਨੇ ਕਹਿਤਾ, ਮਸਟੈਂਗ ਵਾਲੇ ਓਬਵੀਅਸਲੀ ਹੁਣ ਇਲੈਕਟ੍ਰਿਕ ਗੱਡੀ ਕੱਢਣਗੇ, ਕੱਢਤੀ ਹੈ। ਤੇ ਇਹਨਾਂ ਦੇ ਫਰਕ ਮੈਨੂੰ ਇਹੀ ਲੱਗਦਾ ਵਾ ਵੀ ਇਹਦੀ ਪਰਫਾਰਮੈਂਸ ਉਹਦੇ ਨਾਲੋਂ ਬੈਟਰ ਆ ਔਨ ਸਟਰੀਟਸ ਐਂਡ ਔਨ ਰੋਡ। ਮਸਟੈਂਗ ਜਿਹੜੀ ਹੁੰਦੀ ਆ ਥੋੜ੍ਹੀ ਮਤਲਬ ਉਸ ਐਕਸਟੈਂਡ ਤੱਕ ਨਹੀਂ ਟਿਊਨਡ ਹੈਗੇ ਉਹਨਾਂ ਦੇ ਇੰਜਨ। ਤੇ ਡੋਜ ਹੈਵੀ ਕਾਰ, ਦੋਨੋਂ ਹੀ ਚਾਰਜਰ ਚੈਲੈਂਜਰ ਦੋਨੋਂ ਹੈਵੀ ਆ। ਡੋਜ V8 ਜਿਹਨੂੰ RT ਕਹਿੰਦੇ ਨਾ, ਨਾਰਮਲ RT V8 ਗੱਡੀ ਹੁੰਦੀ ਆ, ਹਾਰਸ ਪਾਵਰ ਹੁੰਦੀ ਆ 370 ਕਰਕੇ, ਸਮਥਿੰਗ ਅਰਾਊਂਡ 370, ਇਹਦੀ 335 ਆ। ਮੈਂ ਇਹਦੇ ਨਾਲ ਉਹ ਗੱਡੀ ਬੀਟ ਕੀਤੀਆਂ ਹੋਈਆਂ। ਆਈ ਡੋਨਟ ਨੋ ਇਟਸ ਅਬਾਊਟ ਡਰਾਈਵਰ অর ਸਮਥਿੰਗ ਐਲਸ, ਡਰਾਈਵਰ ਤੇ ਵੀ ਡਿਪੈਂਡ ਕਰਦਾ, ਕਈ ਜਨ ਤਾਂ ਡਰਾਈਵਰ ਤੇ ਜ਼ਿਆਦਾ ਡਿਪੈਂਡ ਕਰਦਾ ਹੁੰਦਾ ਕਈ ਵਾਰ। ਮੈਨੂੰ ਮੇਰਾ ਚੱਕਾ ਥੋੜਾ ਜਿਹਾ ਖੁੱਲਿਆ ਹੋਇਆ, ਇੱਕ ਆਪਣੀ ਗੱਡੀ ਦੀ ਯਕੀਨ ਹੁੰਦਾ ਬੰਦੇ ਨੂੰ, ਯਕੀਨ ਹੁੰਦਾ ਹਾਂ, ਤੇ ਨਾਲੇ ਬੰਦੇ ਦੀ ਆਪਦੀ ਪਰਫਾਰਮੈਂਸ ਤੇ ਹੁੰਦਾ ਬੇਸਿਕਲੀ, ਯਕੀਨ ਵੀ ਕਿ ਕਿਸ ਹਿਸਾਬ ਨਾਲ ਪਿਆ ਹੁੰਦਾ, ਕਿਸ ਹਿਸਾਬ ਨਾਲ, ਲਾਈਕ ਹੈਵੀ ਇਨ ਦਾ ਸੈਂਸ ਉਹਨਾਂ ਦਾ ਭਾਰ ਜ਼ਿਆਦਾ ਹੈ, ਵੇਟ ਬਹੁਤ ਜ਼ਿਆਦਾ ਹੈ। ਓਕੇ, ਇਦਾਂ ਦਾ ਹੁਣ ਟੈਸਲਾ ਜਿਹੜੀ ਹੈਗੀ ਆ ਉਹ ਹੋਰ ਜ਼ਿਆਦਾ ਭਜਦੀ ਹੈ, ਹਾਂ ਹੋਰ ਜ਼ਿਆਦਾ ਉਹ ਚ ਉਹਨਾਂ ਚ ਬਈ ਆ ਗਿਆ। ਇਹਦੇ ਚ ਕੀ ਆ, ਇਹਦੇ ਚ ਆਪਾਂ ਵਾ ਕਰਾਂਗੇ ਲਾਈਕ, ਬਈ ਨੇ ਗੱਲ ਗੁੱਲ ਤਾਂ ਨਹੀਂ ਕਰਨੀ? ਬਾਈ ਦੇ ਨਾਲ ਅੱਜ ਚਾਰ ਜਾਣੇ ਆਏ ਤੁਸੀਂ ਦੇਖਿਆ, ਪਰ ਗੱਡੀ ਦੇ ਵਿੱਚ ਪੂਰੇ ਨਹੀਂ ਆਏ, ਗੱਡੀ ਚ ਮੈਂ ਪੂਰਾ ਸ਼ੁਰੂ ਆ ਰਿਹਾ। ਇਹ ਗੱਡੀ ਬੇਸਿਕਲੀ ਬਾਈ ਦੋਲੀ ਆ, ਜੇ ਆਪਾਂ ਕਹਾਂਗੇ ਨਾ ਵੀ ਹਾਂ ਚਾਰ ਜਾਣੇ ਬਹਿ ਜਾਂਦੇ ਆ, ਬਹਿ ਜਾਂਦੇ ਆ ਹੌਸਲਾ ਜਾਵੇ ਦਿਲ ਨੂੰ। ਮੈਂ ਕਹਾਂਗਾ ਵੀ ਹਾਂ ਜੇ ਤੁਸੀਂ ਕਿਤੇ ਟ੍ਰਿਪ ਤੇ ਜਾਣਾ, ਇੰਜੋਏ ਕਰਨਾ, ਦੋ ਜਣੇ ਜਾਓ, ਠੀਕ ਆ, ਵਧੀਆ ਵਾ। ਮੈਂ ਪਿਛਲੀਆਂ ਸੀਟਾਂ ਲਾਈਆਂ ਹੋਈਆਂ, ਮੈਨੂੰ ਇਹਨਾਂ ਨੇ ਕਹਿ ਕੇ ਲਵਾਈਆਂ ਦੁਬਾਰਾ ਵੀ ਲਾ, ਪਿਛਲੀਆਂ ਸੀਟਾਂ ਲਾਈਆਂ ਸੀ, ਐਂਡ ਲਿਟਰਲੀ ਥਰਡ ਗੇਅਰ ਤੱਕ ਟਾਇਰ ਸਪਿਨ ਕਰਦੀ ਆ, ਲਾਈਟ ਹੋ ਜਾਂਦੀ ਪਿੱਛੋਂ, ਬਹੁਤ ਹੈਵੀ ਸੀਟਸ ਨੇ, ਸੀਟਾਂ ਲਾਈਆਂ ਸੀ ਮੈਂ, ਤੇ ਸੀਟ ਬੈਲਟ ਵਾਲਾ ਸਿਸਟਮ ਸਾਰਾ ਰਾਤ ਹੈ, ਮੋਟਰ ਪਿੱਛੇ ਐਂਡ ਐਵਰੀਥਿੰਗ, ਇੰਨੀ ਹੈਵੀ ਸੀਟਾਂ ਨੇ, ਹਾਂ ਕਾਫੀ ਹੈਵੀ, ਥਰਡ ਗੇਅਰ ਚ ਵੀ ਸਕਿਡ ਕਰ ਜਾਂਦੀ ਹੈ ਜੇ ਸੀਟਾਂ ਨਾ ਹੋਣ ਤੇ, ਹਾਂ ਪਾਵਰ ਹੀ ਬਹੁਤ ਹੈ ਇਹ ਜਿਹੜੀ ਲਾਈਕ। ਹੁਣ ਜ਼ਿਆਦਾਤਰ ਗੱਡੀਆਂ ਲੱਗ ਗਈਆਂ ਟਰਬੋ i4, ਹਾਂ ਦੈਟਸ ਨਥਿੰਗ, ਜਿਹੜੀ ਪੰਡਤ ਵਾਲੀ ਗੱਡੀ ਆ ਉਹ ਟਰਬੋ ਆਏਗਾ। ਇੱਕ ਮਸਟੈਂਗ ਜਾਂ ਕਮੈਰੋ ਨੂੰ ਕਿਸੇ ਅਕੋਰਡ
ਪਾਵਰਫੁਲ ਆ ਜ਼ਿਆਦਾ ਗੁੱਡ ਟਿਊਨ ਆ ਉਹ ਪਹਿਲਾਂ ਦਾ ਆਈਫੋਨ ਬਣਾ ਰਹੇ ਨੇ ਇਹਨਾਂ ਨੇ ਹੁਣ ਬਣਾਉਣਾ ਸ਼ੁਰੂ ਕੀਤਾ ਸੋ ਉਹ ਨੂੰ ਆਪਾਂ ਮਾਈਕ ਕੰਸੀਡਰ ਨਹੀਂ ਕਰ ਸਕਦੇ ਐਜ਼ ਇਨ ਸਪੋਰਟਸ ਕਾਰ ਲੁੱਕ ਚ ਸਪੋਰਟਸ ਕਾਰ ਆਬਵੀਅਸਲੀ ਬਟ ਇੰਜਨ ਤੋਂ ਸਪੋਰਟਸ ਕਾਰ ਨਹੀਂ ਆ ਠੀਕ ਆ V6 ਆ ਇਹ ਵੀ ਕੋਈ ਇੰਨੀ ਜ਼ਿਆਦਾ ਪਾਵਰਫੁਲ ਨਹੀਂ ਹੈਗੀ ਬਟ ਮੇਰੇ ਲਈ ਗੁੱਡ ਇਨਫ ਆ ਮੈਂ V8 ਲੈਣ ਗਿਆ ਸੀ ਬਟ ਮੈਨੂੰ ਸੀਗੀ ਹਾਂ ਜਦੋਂ ਡੇਲੀ ਬੇਸਿਸ ਤੇ ਗੱਡੀ ਚਲਾਉਣੀ ਤੇ V8 ਲੈਣ ਦਾ ਕੀ ਫਾਇਦਾ ਰਾਈਟ ਉਹਨਾਂ ਦਾ ਫਿਊਲ ਥੋੜਾ ਜ਼ਿਆਦਾ ਖਾਣਾ ਕਿਸ਼ਤੀ ਜ਼ਿਆਦਾ ਬਣਨੀ ਇੰਸ਼ੋਰੈਂਸ ਜ਼ਿਆਦਾ ਬਣਨੀ ਤੇ ਇਹਦੇ ਵਿੱਚ V4 ਵੀ ਆਉਂਦਾ ਹੋਊਗਾ I4 ਆਉਂਦਾ I4 ਉਹੀ ਟਰਬੋ ਇੰਜਨ ਹੁੰਦਾ ਵਾ 4 ਸਿਲੰਡਰ ਟਰਬੋ ਉਹਦੀ 200 ਸਮਥਿੰਗ ਅਰਾਊਂਡ ਦੇ 200 ਪਲੱਸ ਹਾਰਸ ਪਾਵਰ ਹੁੰਦੀ ਹੈ ਬਟ ਆਈ ਗੈਸ V6 ਸੈਟੀਸਫਾਈਡ ਹੈ V6 ਇਜ਼ ਗੁੱਡ ਇਨਫ ਮੇਰਾ 2019 ਚ ਟੈਸਟ ਹੋਇਆ G2 ਸੋ ਮੈਂ ਇੰਨਾ ਸ਼ੌਂਕੀ ਹਾਂ 10:30 ਵਜੇ 11:30 8:30 ਮਾਰਨਿੰਗ ਮੇਰਾ ਟੈਸਟ ਸੀ ਅਰਾਊਂਡ 9:45 ਤੱਕ ਮੇਰਾ ਟੈਸਟ ਹੋ ਕੇ ਡਨ ਹੋਇਆ ਲਾਇਸੈਂਸ ਮਿਲ ਗਿਆ 10 ਵਜੇ ਗੱਡੀ ਸਹੀ ਗੱਲ ਹੈ 10 ਵਜੇ ਮੈਂ ਕਮੈਰੋ ਚੱਕ ਲਈ ਸੀ ਤੇ ਫਿਰ ਉਹ ਨਵੀਂ ਨਵੀਂ ਦਾ ਕਿਸ਼ਤ ਕੁਸ਼ਤ ਵੀ ਵਾਲੀ ਬਣਨੀ ਹੋਣੀ ਹੈ ਨਵਾਂ ਨਵਾਂ G2 ਲਾਇਸੈਂਸ ਤੇ ਘੰਟੇ ਪਹਿਲਾਂ ਵੀ 257 ਨੂੰ ਤੁਹਾਨੂੰ ਦੱਸਿਆ ਅਰਾਊਂਡ ਇੰਨੀ ਕਿ ਤੇ ਇੰਸ਼ੋਰੈਂਸ ਵੀ ਮਤਲਬ ਸਾਰੇ ਇੰਸ਼ੋਰੈਂਸ ਮੇਰੀ ਪਹਿਲਾਂ ਘੱਟ ਸੀ $335 ਇੰਸ਼ੋਰੈਂਸ ਤੋਂ ਬਾਅਦ ਐਕਸੀਡੈਂਟ ਤੋਂ ਬਾਅਦ ਵਧੀ ਇੰਸ਼ੋਰੈਂਸ ਕਿਉਂਕਿ ਬੇਸਿਕਲੀ ਜਦੋਂ ਆਪਾਂ ਨਵੀਂ ਗੱਡੀ ਲੈਨੇ ਆ ਤੇ ਨਵੀਂ ਇੰਸ਼ੋਰੈਂਸ ਤੇ ਰੇਟ ਵੀ ਵੱਧ ਹੁੰਦਾ ਹਾਂਜੀ ਇੰਸ਼ੋਰੈਂਸ ਦਾ ਠੀਕ ਬਟ ਮੈਨੂੰ ਵਧੀਆ ਡਿਜ਼ਾਰਡੀ ਨਾਲੇ ਵਧੀਆ ਸੀ ਅੱਛਾ ਬਟ ਉਹਨਾਂ ਕੈਨਸਲ ਕਰਤੀ ਹੁਣ ਸਸਪੈਂਸ਼ਨ ਕਰਕੇ ਲਾਇਸੈਂਸ ਸਸਪੈਂਸ਼ਨ ਕਰਕੇ ਹੁਣ ਕਿਸੇ ਹੋਰ ਕੰਪਨੀ ਤੋਂ ਕਰਾਈ ਉਹ ਮਾਰਕਮ ਚ ਕੰਪਨੀ ਆ ਵਧੀਆ ਕੰਪਨੀ ਉਹ ਵੀ ਉਹਨਾਂ ਨੇ ਹੁਣ ਦਿੱਤੀ ਇੰਸ਼ੋਰੈਂਸ ਠੀਕ ਹੈ ਤੇ ਉਸ ਤੋਂ ਇਲਾਵਾ ਟਿਕਟਾਂ ਟੁਕਟਾਂ ਦਾ ਦੱਸੋ ਸਪੀਡਿੰਗ ਟਿਕਟ ਇੱਕੋ ਹੀ ਆ ਜਿਹਦੇ ਮੇਰਾ ਲਾਇਸੈਂਸ ਸਸਪੈਂਡ ਹੋਇਆ ਸੀ ਉਹ ਵੀ ਐਮਰਜੈਂਸੀ ਸੀ ਜਾਣ ਡਿਆ ਸੀ ਉਦਾਂ ਇਹਦੀ ਅਜੇ ਤੱਕ ਫੜਿਆ ਨਹੀਂ ਗਿਆ ਪਰ ਇਹਦਾ ਮਤਲਬ ਇਹ ਵੀ ਨਹੀਂ ਮੈਂ ਸਪੀਡਿੰਗ ਨਹੀਂ ਕਰਦਾ ਅੱਛਾ ਤੇ ਕਿੰਨੇ ਦੇ ਕੀ ਸੀ ਐਮਰਜੈਂਸੀ ਕਿੱਦਾਂ ਕਿੰਨੇ ਦੇ ਸੀ ਜ਼ੋਨ ਤੇ ਐਮਰਜੈਂਸੀ ਸਨੋ ਪੈਣੀ ਸ਼ੁਰੂ ਹੋ ਗਈ ਸਿਸਟਮ ਨੂੰ ਲਾਈਨ ਚੱਲਣਾ ਸਮੇਂ ਸਨੋ ਪੈਣੀ ਸ਼ੁਰੂ ਹੋ ਗਈ ਉਹਦਾ ਸਟੋਰ ਬੰਦ ਹੋ ਗਿਆ ਵਿਚਾਰੀ ਬਾਹਰ ਖੜੀ ਸੀ ਤੇ ਮੈਂ ਭਜਾਈ ਮੇਰੇ ਲਿਟਰਲੀ ਘਰ ਦੇ ਲਾਗੇ ਪੁਲਿਸ ਸਟੇਸ਼ਨ ਆ ਅੱਛਾ ਮੈਂ ਘਰ ਤੋਂ ਕੱਢਦੇ ਨੇ ਮੈਂ ਖਿੱਚਦੀ 50 ਦਾ ਜ਼ੋਨ ਸੀ 95 ਤੇ ਗੱਡੀ ਸੀ ਅੱਛਾ ਆਲਮੋਸਟ ਡਬਲ ਯਾ ਆਲਮੋਸਟ ਡਬਲ ਤੇ ਲਾਇਸੈਂਸ ਸਸਪੈਂਡ ਹੋ ਗਿਆ ਮਹੀਨੇ ਲਈ ਤੇ ਮੇਰਾ ਸਸਪੈਂਡ ਹੋਇਆ ਨਹੀਂ ਸੀਗਾ ਤੇ ਬਾਈਕ ਮੇਰਾ 50 ਦੀ ਜ਼ੋਨ ਦੇ ਉੱਤੇ 125 ਦੇ ਸੀ ਹੁੰਡਈ ਉਹ ਸੀ 125 ਦੇ ਉਹਦੇ ਤੇ ਟਿਕਟ ਮਿਲਿਆ ਸੀ ਇਹ ਗੱਡੀ ਮੈਂ ਲਾਈ ਹੋਈ ਆ 164 ਤੇ ਕੋਈ ਹਿਸਟੇ ਨਹੀਂ ਨਿਕਲ ਮੇਰੇ ਕੋਈ ਕੁਝ ਨਹੀਂ 164 ਦੀ ਮੈਂ ਟੌਪ ਕੱਢੀ ਉਦਾਂ 264 ਸੌਰੀ 264 ਕਿਲੋਮੀਟਰ ਮੈਂ ਕਿਹਾ 170 ਤੇ ਤਾਂ ਮੈਂ ਚਲਾਈ ਜਾਂਦਾ 264 ਮੇਰਾ ਟੌਪ ਕੱਢਿਆ ਹੋਇਆ ਵਾ ਇਹਦਾ ਹਾਂਜੀ 270 ਦੀ ਟੌਪ ਸਪੀਡ ਆ ਪਰ 264 ਤੇ ਜਾ ਕੇ ਮੈਂ ਬ੍ਰੇਕ ਲਾਤੀ ਸੀ ਬਿਕੋਜ਼ ਆਬਵੀਅਸਲੀ ਬੰਦਾ ਵੀ ਡਰਦਾ ਆ ਹਾਂ ਬਿਲਕੁਲ ਸੋ ਇੱਕ ਨਾਰਮਲ ਟ੍ਰੈਫਿਕ ਨਾਲੋਂ ਬਹੁਤ ਜ਼ਿਆਦਾ ਹੋ ਗਈ ਕਿੱਥੇ ਕਿੱਥੇ ਭਜਾਈ ਸੀਗੀ ਔਨ ਦਾ ਵੇ ਟੂ ਬ੍ਰੈਂਪਟਨ ਫਰਮ ਨਾਇਗਰਾ ਫਾਲਸ ਅੱਛਾ ਉਹੀ ਇੱਕ ਜਗ੍ਹਾ ਜਿੱਥੇ ਭਜਾਉਂਦੇ ਸੀ ਪੁਲਿਸ ਵਾਲੇ ਵੀ ਉਧਰ ਕਈ ਵਾਰ ਹੁੰਦੇ ਲੁਕੇ ਕਈ ਵਾਰੀ ਹੁੰਦੇ ਆ ਪਰ ਉਦੋਂ ਨਹੀਂ ਸੀ ਤੇ ਬਾਬੇ ਸਾਊਂਡ ਪ੍ਰੋਪਰ ਹੋਈ ਕਿਦਾਂ ਲਾਈਕ ਜਿਹੜੇ ਤੁਸੀਂ ਲਾਈਕ ਹੁਣ ਸਿੰਪਲ ਖਿੱਚਦੇ ਹੋ ਤੇ ਵੌਇਸ ਆਉਂਦੀ ਹੈ ਦੀ V8 ਵਾਲੀ ਤੇ ਫੁੱਲ ਤੇ ਵੀ ਲਾਈਕ ਆਲਮੋਸਟ ਉਹੀ ਸਾਊਂਡ ਆਉਂਦੀ ਹੈ ਦੀ ਮੈਂ ਤੁਹਾਨੂੰ ਕਿਤੇ ਸਟ੍ਰੀਟ ਰੂਟ ਤੇ ਦਿਖਾਉਂਗਾ ਉਹ ਕਲਿੱਪ ਜੀ ਬਣਵਾ ਲਿਓ ਥੋੜੀ ਜੀ ਕੋਈ ਨਹੀਂ ਆਪਾਂ ਚੱਲਾਂਗੇ ਕਿਤੇ ਨਾ ਉਹ ਇਹਦਾ ਸਟਾਕ ਐਗਜ਼ੌਸਟ ਆ ਪਰ ਹਰ ਕੋਈ ਮੈਨੂੰ ਕਹਿੰਦਾ ਵੀ ਤੂੰ ਕੁਝ ਕਰਾਇਆ ਐਗਜ਼ੌਸਟ ਨੂੰ ਪਰ ਮੈਂ ਲਿਟਰਲੀ ਕੁਝ ਨਹੀਂ ਕਰਾਇਆ ਤੇ ਫੁੱਲ ਤੇ ਵੀ ਲਾਇਆ ਲਾਈਕ ਮੈਰੂ ਓਕੇ ਪਟਾਕਾ ਮਾਰਦੀ ਆ ਪੂਰਾ ਗੇਅਰ ਚੇਂਜ ਕਰਨ ਤੇ ਹੋਰ ਦੱਸੋ ਕੋਈ ਹੋਰ ਮੇਨ ਗੱਲਾਂ ਇਦਾਂ ਦੀਆਂ ਕੋਈ ਹੋਰ ਕਮੈਰੋ ਵਾਲੀਆਂ ਵੀ ਵਧੀਆ ਦੈਟਸ ਵਾਈ ਵੀ ਬਾਕੀਆਂ ਹਾਂ ਬਾਕੀਆਂ ਨਾਲੋਂ ਵਧੀਆ ਹੋਵੇ ਸਨੋ ਮੋਡ ਹੈ ਇਹਦੇ ਪਤਾ ਨਹੀਂ ਆਈ ਡੋਨਟ ਥਿੰਕ ਸੋ ਚੈਲੈਂਜਰ ਐਂਡ ਮਸਟੈਂਗ ਵਗੈਰਾ ਚ ਹੁੰਦਾ ਸਨੋ ਮੋਡ ਮਸਟੈਂਗ ਚ ਹੁੰਦਾ ਨਾਰਮਲ ਮੋਡ ਆ ਟੂਰ ਸਪੋਰਟਸ ਐਂਡ ਦੈਨ ਸਨੋ ਮੋਡ ਆ ਜਿਹਦੇ ਤੇ ਆਰਪੀਐਮ ਘਟ ਜਾਂਦੀ ਇਹਦੀ ਟਾਇਰ ਸਕਿਡ ਨਹੀਂ ਕਰਦਾ ਸਨੋ ਘਟ ਜਾਂਦੀ ਬਹੁਤ ਹੀ ਗੁੱਡ ਤਰੀਕਾ ਹੈ ਉਹੀ ਕਹਿੰਦੇ ਆ ਵੀ ਹਾਂ ਸਾਨੂੰ ਮਸਟੈਂਗ ਜਾਂ ਚਲਾਣ ਸਨੋ ਚ ਚਲਾਣਾ ਔਖਾ ਹੁੰਦਾ ਮੈਨੂੰ ਨਹੀਂ ਔਖਾ ਠੀਕ ਹੈ ਮੈਨੂੰ ਤਾਂ ਬਹੁਤ ਹੀ ਈਜ਼ੀ ਲੱਗਦੀ ਹੈ ਬਹੁਤ ਗੁੱਡ ਲੱਗਦੀ ਬਾਕੀ ਆਪਣੇ ਹੱਥ ਤੇ ਚੜ ਜਾਂਦੀ ਗੱਡੀ ਉਹ ਵੀ ਹੈਗਾ ਤੇ ਇਹਦੇ ਵਿੱਚ ਜਿਹੜੀ ਕਨਵਰਟੇਬਲ ਆਂਦੀ ਉਹ ਕਨਵਰਟੇਬਲ ਆਂਦੀ ਹੈ ਥੋੜਾ ਐਕਸਪੈਂਸਿਵ ਆ ਜਾਂਦਾ $5,000 ਬਟ ਮੇਰੇ ਅਕੋਰਡਿੰਗ ਜੇ ਤੁਸੀਂ ਟਰੂ ਮਸਲ ਕਾਰ ਲੈਣੀ ਹੈ ਠੀਕ ਹੈ ਜੇ ਤੁਹਾਨੂੰ ਸ਼ੌਂਕ ਆ ਮਸਲ ਕਾਰ ਜਾਂ ਕਮੈਰੋ ਲੈਣ ਦਾ ਜਾਂ ਮਸਟੈਂਗ ਲੈਣ ਦਾ ਡੋਨਟ ਗੋ ਫॉर ਕਨਵਰਟ ਕਿਉਂ ਜਦੋਂ ਛੱਤ ਤੱਕ ਉੱਤੇ ਹੁੰਦੀ ਆ ਪਤਾ ਲੱਗਦਾ ਕਿ ਕੱਪੜਾ ਪਿਆ ਹੋਇਆ ਕੱਪੜਾ ਗੜਗੜਗੜ ਕਰਦੀ ਆ ਫੁੱਲ ਠੀਕ ਆ ਸੈਕੰਡ ਥਿੰਗ ਤੁਸੀਂ ਛੱਤ ਲਾ ਦਿਓ ਜਿੰਨਾ ਚਿਰ ਉਹਨਾਂ ਚਿਰ ਹੀ ਆ ਉਹਦਾ ਠੀਕ ਆ ਛੱਤ ਖਰਾਬ ਵੀ ਥੋੜੀ ਕੀਤਿਆਂ ਹੋ ਜਾਂਦੀ ਜਾਂਦੀ ਹੋ ਜਾਂਦੀ ਆ ਹਾਂ ਕਿਉਂਕਿ ਬੇਸਿਕਲੀ ਇਧਰ ਉਹ ਦ ਥਿੰਗ ਇਜ਼ ਉਹ ਬੈਂਡ ਪੈਣ ਲੱਗ ਜਾਂਦੇ ਐਂ ਕਰਕੇ ਸਨੋ ਕਰਕੇ ਉਹ ਚੀਜ਼ ਨਹੀਂ ਸੋਹਣੀ ਲੱਗਦੀ ਬਾਅਦ ਚੋਂ ਸਾਲ 2 ਸਾਲ 3 ਸਾਲ ਬਾਅਦ ਉਹ ਪੁਰਾਣੀ ਥਾਰਾਂ ਤੇ ਹੋ ਜਾਂਦਾ ਜੀ ਕਿਉਂਕਿ ਬੇਸਿਕਲੀ ਇਧਰ ਜਿਹੜੇ ਹੈਗੇ ਆ ਬੰਦੇ ਜਿਹੜੇ ਸ਼ੌਂਕੀ ਵਧੀਆ ਉਹਨਾਂ ਨੇ ਲਈਆਂ ਹੋਈਆਂ ਨੇ ਗੱਡੀਆਂ ਮਸਟੈਂਗ ਵਗੈਰਾ ਕਨਵਰਟੇਬਲ ਉਹ ਕਈ ਤਾਂ ਲੈਂਦੇ ਆ ਜਿਨ੍ਹਾਂ ਕੋਲ ਆਪਣਾ ਘਰ ਹੈਗਾ ਆ ਕਿਉਂਕਿ ਇਹ ਜਿਹੜੀਆਂ ਗੱਡੀਆਂ ਬਾਹਰ ਰੋਡ ਦੇ ਉੱਤੇ ਖੜਨ ਵਾਲੀਆਂ ਨਹੀਂ ਹੈਗੀਆਂ ਗਰਾਜ ਚਲਾਉਣ ਵਾਲੀਆਂ ਗੱਡੀਆਂ ਮੇਰੀ ਵੀ ਗੱਡੀ ਆ ਜਦੋਂ ਦੀ ਮੈਂ ਲਈ ਆ
ਉਦੋਂ ਮੇਰੇ ਖਿਆਲ 2-3 ਮਹੀਨੇ ਬਾਅਦ ਮੈਂ ਘਰ ਚੇਂਜ ਕਰ ਲਿਆ ਸੀ ਇਹ ਗਰਾਜ ਤੋਂ ਬਾਹਰ ਨਹੀਂ ਮੈਂ ਖੜੀ ਕੀਤੀ ਗਰਾਜ ਦੇ ਅੰਦਰ ਖੜੀ ਨਹੀਂ ਕੀ ਆ ਰੈਪ ਕਰਕੇ ਵੀ ਮੈਂ ਗਰਾਜ ਦੇ ਅੰਦਰ ਖੜੀ ਰੱਖਦਾ ਰੈਪ ਦਾ ਜਾਂ ਬਿਕੋਜ਼ ਬਾਹਰ ਨਹੀਂ ਰੈਪ ਕਿਦਾਂ ਫਿਰ ਰੈਪ ਖਰਾਬ ਹੋ ਜਾਂਦਾ ਰੈਪ ਖਰਾਬ ਨਹੀਂ ਹੋ ਜਾਂਦਾ ਲਾਈਕ ਜਿੱਦਾਂ ਆਪਾਂ ਬ੍ਰਸ਼ ਤੋਂ ਨਾ ਸਨੋ ਲਾਵਾਂਗੇ ਨਾ ਸਕ੍ਰੈਚਸ ਪੈਂਦੇ ਉੱਤੇ ਪੇਂਟ ਨੂੰ ਆਪਾਂ ਕਲੀਨ ਕਰ ਸਕਦੇ ਇਹਨੂੰ ਆਪਾਂ ਚੇਂਜ ਕਰਨਾ ਪੈਂਦਾ ਉਹ ਤਾਂ ਹੀ ਉਹ ਗਰਾਜ ਦਾ ਡੋਰ ਲੱਗਾ ਹੋਇਆ ਹੈ ਹਾਂਜੀ ਗਰਾਜ ਓਪਨਰ ਗਰਾਜ ਖੁੱਲ ਜਾਂਦਾ ਪਿੱਛੋਂ ਹੀ ਗੜੀ ਦੇ ਖੋਲਦੀ ਦਾ ਜਾਂਦੇ ਨੂੰ ਖੁੱਲ ਜਾਂਦਾ ਵਧੀਆ ਵਧੀਆ ਗੱਲ ਹੈ ਜਿਹੜੀ ਲਾਈਕ ਪਲਾਸਟਿਕ ਟਾਈਪ ਰੈਪਿੰਗ ਹੁੰਦੀ ਉਹਦੇ ਸਕ੍ਰੈਚਸ ਪੈਣਾ ਸ਼ਾਰਟ ਹੁੰਦਾ ਕਈ ਵਾਰ ਉੱਤਰ ਵੀ ਜਾਂਦੀ ਹੈ ਤੇ ਸਟੂਡੈਂਟ ਲਾਈਫ ਦੇ ਵਿੱਚ ਕਿੱਦਾਂ ਗੱਡੀ ਲੈਣ ਦਾ ਪੈਸੇ ਪੂਸੇ ਕਿਸ਼ਤਾਂ ਗੱਡੀ ਵੀ ਨਿਕਲ ਜਾਂਦੀ ਕਿ ਸਟੂਡੈਂਟ ਲਾਈਫ 'ਚ ਨਹੀਂ ਮੈਂ ਗੱਡੀ ਲਈ ਮੈਂ ਗੱਡੀ ਲਈ ਸੀ ਬੇਸਿਕਲੀ ਵਰਕ ਪਰਮਿਟ ਤੇ ਆ ਗਏ ਐਡਵਾਈਸ ਤਾਂ ਮੇਰੀ ਵੀ ਮੇਰੇ ਅਕੋਰਡਿੰਗ ਤੁਹਾਨੂੰ ਮੈਂ ਫਿਊਲ ਐਫੀਸ਼ੀਐਂਸੀ ਵੀ ਦੱਸਾਂ ਇਹਦੀ ਤਾਂ ਮੈਂ ਤੇ ਮੇਰਾ ਫਰੈਂਡ ਅਸੀਂ ਮੌਂਟਰੀਅਲ ਗਏ ਹਾਂ ਉਹ ਜੈਟਾ ਤੇ ਸੀ ਮੈਂ ਕਮੈਰੋ ਤੇ ਸੀ ਸੇਮ ਉਹਨੇ ਦਾ ਫਿਊਲ ਉਹਨੂੰ ਪਾਇਆ ਉਹਨੇ ਦਾ ਮੈਂ ਪਾਇਆ ਤਾਂ ਥਿੰਗ ਇਜ਼ ਜਦੋਂ ਇਹ ਹਾਈਵੇ ਤੇ ਜਾ ਰਹੀ ਹੈ ਸਪੀਡ ਤੇ ਇਹਨੇ 2 ਸਿਲੰਡਰ ਸ਼ਟ ਡਾਊਨ ਕਰ ਦੇਣੇ 2 ਸਿਲੰਡਰਾਂ ਤੇ ਹੋ ਜਾਣੇ ਨੇ 4 ਤੇ ਹੋ ਜਾਣਾ 6 ਦੀ ਜਗ੍ਹਾ ਤੇ ਬਾਕੀਆਂ ਦੇ ਵਿੱਚ ਨਹੀਂ ਹੋਊਗਾ ਇਹ ਆਈ ਡੋਨਟ ਨੋ ਬਿਲਕੁਲ ਨੌਲੇਜ ਨਹੀਂ ਹੈਗੀ ਮੈਂ ਐਵੇਂ ਗਲਤ ਕਹਿਦਾ ਮੈਨੂੰ ਬਿਲਕੁਲ ਨੌਲੇਜ ਨਹੀਂ ਹੈਗੀ ਤੁਹਾਨੂੰ ਉਹੀ ਬੰਦਾ ਦੱਸ ਸਕਦਾ ਜਿੰਨੇ ਜਿਹਦੇ ਕੋਲ V6 ਆ ਚੇਂਜ ਕਰ ਲੈਂਦੀ ਆਪਣੇ ਮੋਡਲ ਹਾਂਜੀ ਇਹ i4 ਤੇ ਆਂਦੀ ਜਿੱਦਾਂ ਇੱਥੇ ਹੁਣ V6 ਲਿਖਿਆ ਹੋਊਗਾ ਨਾ V6 ਆ ਰਿਹਾ ਨਾ ਉਹ 4 ਸਿਲੰਡਰ ਤੇ ਹੋਈਂਦੀ V4 ਤੇ ਹੋਈਂਦੀ ਇੱਕ ਪਾਰਟੀਕੂਲਰ ਸਪੀਡ ਚਲੋ ਆਪਾਂ ਹੁਣ ਕਰੀਏ ਖਤਮ ਹਾਂ ਪਤਾ ਨਹੀਂ ਇਹ ਹੁਣ ਵਿੱਚ ਪੈਣੀ ਪਾਉਂਗਾ ਤਾਂ ਹੈ ਸਾਰਾ ਕੁਝ ਮੈਂ ਪਰ ਹੁਣ ਆਊਟ ਆਫ ਟੌਪਿਕ ਕਿੰਨਾ ਸਾਰਾ ਹੋ ਗਿਆ ਆਪਾਂ ਹੁਣ ਬਾਹਰ ਚੱਲਦੇ ਆ ਤੇ ਫੋਟੋ ਇੱਥੇ ਖਿੱਚਦੇ ਆ ਦੈਨ ਫਿਰ ਅੱਗੇ ਕਿਤੇ ਸਿੱਧੀ ਰੋਡ ਤੇ ਜਾ ਕੇ ਵੀਡੀਓ ਬਣਾਉਂਦੇ ਆਪਾਂ ਤੇ ਆਇਓ ਤੁਸੀਂ ਵੀ ਭਜਾਓ ਯਾਰ ਮਾੜੀ ਜੀ ਬੈਠੋ ਅੰਦਰ ਬਹੁਤ ਪ੍ਰੋਬਲਮ ਬੀ ਇਟ ਡਸਨਟ ਕਮ ਇਨ ਪੰਜਾਬ ਪੁਲਿਸ ਕਾਰ ਪੰਜਾਬ ਪੁਲਿਸ ਯਾ ਬੰਦੇ ਪਲੇ ਕਾ ਪੰਜਾਬ ਪੁਲਿਸ ਦਾ ਭਾਈ ਹੁਣੀ ਚੱਲੇ ਆ ਜੀ ਹੁਣ ਵੀਡੀਓ ਬਣਾ ਬਣੂ ਕੇ ਸਾਰਾ ਡਨ ਦੇਖੋ ਤੂੰ ਇਹ ਕੱਢਦੇ ਹੋਏ ਜਾਊਗੇ ਭਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਕੱਢ ਕੇ ਆਏ ਸਾਡੇ ਲਈ ਤੇ ਹੁਣ ਬੈਕ ਕੈਮਰਾ ਕਰਕੇ ਦਿਖਾਨੇ ਆ ਲਾਸਟ ਦੂਆ ਤੇ ਮਹੱਲੇ ਦੇ ਵਿੱਚ ਵਧੀਆ ਤਾਂ ਨਹੀਂ ਲੱਗਣਾ ਹੈਗਾ ਪਰ ਲੈਟਸ ਸੀ ਮਾੜਾ ਜਿਹਾ ਕਰਨਾ ਜ਼ਰੂਰੀ ਚਲੋ ਦੇਖਦਾ ਬੈਕ ਕੈਮਰਾ ਘੁਮਾਉਂਦਾ
ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਵੀਡੀਓ ਦੇਖਦੇ ਹੋਊਗੇ ਹੁਣ ਬਾਈ ਹੁਣੇ ਨੇ ਘਰੇ ਜਾ ਕੇ ਇਹ ਵਾਲੀ ਵੀਡੀਓ ਕੰਪਲੀਟ ਦੇਖਣੀ ਆ ਦਿਲੋਂ ਥੈਂਕ ਯੂ ਬਾਈ ਤੁਸੀਂ ਦੋਨੋਂ ਜਾਣੇ ਇੱਥੇ ਆਏ ਬਾਕੀ ਸਾਰੇ ਜਾਣੇ ਵੀ ਅਤੇ ਹੁਣ ਤੁਹਾਡੀ ਜ਼ਿੰਮੇਵਾਰੀ ਆ ਜਿੰਨੇ ਜਾਣੇ ਨਾਲ ਆਏ ਸੀ ਸਾਰਿਆਂ ਦੇ ਚੈਨਲ ਤੋਂ ਸਬਸਕ੍ਰਾਈਬ ਹੋਣਾ ਚਾਹੀਦਾ ਤੁਸੀਂ ਚੈੱਕ ਕਰਨਾ ਵੀ ਸਬਸਕ੍ਰਾਈਬ ਹੋਇਆ ਕਿ ਨਹੀਂ ਹਾਂ ਤੇ ਬਾਕੀ ਹੁਣ ਅਗਲੀ ਵੀਡੀਓ ਜ਼ਰੂਰ ਆਊਗੀ ਬਾਈ ਹੁਣਾਂ ਨਾਲ ਨਵੀਂ ਗੱਡੀ ਦੇ ਨਾਲ ਨਵੇਂ ਮੋਟਰਸਾਈਕਲਾਂ ਦੇ ਨਾਲ ਅਤੇ ਬਾਈ ਨੇ ਬੜਾ ਵਧੀਆ ਲੱਗਿਆ ਬਾਈ ਨਾਲ ਮਿਲ ਕੇ ਮੈਨੂੰ ਜਾਣਦਾ ਨਹੀਂ ਸੀਗਾ ਬਾਈ ਪਰ ਬਾਈ ਨੇ ਮੇਲ ਮੂਲ ਕੀਤੀ ਵਧੀਆ ਗੱਲਬਾਤ ਹੋਈ ਅਤੇ ਘਰੇ ਆਏ ਫਿਰ ਵਧੀਆ ਥੋੜ੍ਹਾ ਜਿਹਾ ਮਾਹੌਲ ਜਿਹਾ ਬਣਿਆ ਤਾਂ ਫਿਰ ਹੈਲੋ ਹਾਏ ਹੋਣੀ ਸ਼ੁਰੂ ਹੋ ਗਈ ਅਤੇ ਚਲੋ ਹੁਣ ਕੋਈ ਨਹੀਂ ਬਾਈ ਦਾ ਨੰਬਰ ਸੇਵ ਬਾਈ ਦਾ ਰੈਪਿੰਗ ਵਾਲਾ ਕੰਮ ਆ ਜਿਹੜਾ ਵੀ ਬੰਦਾ ਰੈਪ ਕਰਾਉਣਾ ਚਾਹੇ ਉਹਨਾਂ ਨੂੰ ਮੈਸੇਜ ਕਰੇ ਮੇਲ ਕਰੇ ਬਾਈ ਨੂੰ ਨੌਲੇਜ ਵੀ ਬਹੁਤ ਹੈ ਹਾਂ ਨੌਲੇਜ ਵੀ ਬਹੁਤ ਹੈ ਬੜਾ ਵਧੀਆ ਲੱਗਿਆ ਗੱਲ ਗੁੱਲ ਕਰਕੇ ਵੀ ਅਤੇ ਬਾਈ ਦੇ ਨਾਲ ਵੀਡੀਓ ਵੂਡੀਓ ਅਸੀਂ ਸਾਰੀਆਂ ਬਣਾ ਲਈਆਂ ਨੇ ਅਤੇ ਵੀਡੀਓ ਆਲਰੇਡੀ ਐਕਸਪੋਰਟ ਹੋ ਚੁੱਕੀ ਆ ਅਤੇ ਹੁਣ ਜਲਦੀ ਇਹ ਐਡਿਟ ਹੋਊਗੀ ਅਤੇ ਫਿਰ ਐਡਿਟ ਹੋ ਕੇ ਅਤੇ ਜਲਦੀ ਇਹ ਅਪਲੋਡ ਹੋਊਗੀ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੁਣ ਵਿਹਲੇ ਹੋਈਏ ਦੁਬਾਰਾ ਤਾਂ ਨਹੀਂ ਆ ਗਏ ਬਾਈ ਹੁਣ ਨਹੀਂ ਉੱਧਰ ਹੀ ਆਵਾਜ਼ ਆ ਰਹੀ ਹੈ ਉਹਨਾਂ ਦੀ ਹਾਲੇ ਤਾਂ ਇਹ SRT ਵਾਲਾ ਹੋਣਾ ਬਾਈ ਚਲੋ ਮਿਲਦੇ ਹਾਂ ਜੀ ਅਗਲੀ ਯਾਰ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸੀ ਯੂ ਟੇਕ ਕੇਅਰ ਲਾਈਕ ਸ਼ੇਅਰ ਸਬਸਕ੍ਰਾਈਬ ਵੀਡੀਓ ਜ਼ਰੂਰ ਕਰਨਾ ਅਤੇ ਇੰਸਟਾਗ੍ਰਾਮ ਦੇ ਉੱਤੇ ਜ਼ਰੂਰ ਫੋਲੋ ਕਰਨਾ ਲਿੰਕ ਡਿਸਕ੍ਰਿਪਸ਼ਨ 'ਚ ਬਾਏ ਬਾਏ ਬਾਏ।